ਪੰਜਾਬ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਜ਼ਮੀਨੀ ਹਕੀਕਤ ਬਾਰੇ ਜਾਣਕਾਰੀ ਹਾਸਲ ਕਰਨ ਲਈ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸ਼੍ਰੀ ਆਨੰਦਪੁਰ ਸਾਹਿਬ, ਰਾਜ ਸਭਾ ਮੈਂਬਰ ਡਾਕਟਰ ਸੁਮੇਰ ਸਿੰਘ ਸੋਲੰਕੀ ਨੇ ਅੰਮ੍ਰਿਤਸਰ, ਰਾਜ ਸਭਾ ਮੈਂਬਰ ਡਾਕਟਰ ਅਸ਼ੋਕ ਵਾਜਪਾਈ ਨੇ ਹੁਸ਼ਿਆਰਪੁਰ, ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਪਨਵਰ ਨੇ ਸੰਗਰੂਰ 'ਚ ਵੱਖ ਵੱਖ ਥਾਵਾਂ 'ਤੇ ਸੰਕਲਪ ਯਾਤਰਾ ਦਾ ਮੁਆਇਨਾ ਕੀਤਾ। ਪੇਸ਼ ਹੈ ਇੱਕ ਰਿਪੋਰਟ। ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਮੋਹਾਲੀ ਦੇ ਪਿੰਡ ਬਲੌਂਗੀ ਵਿੱਚ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਮੌਕੇ ਵੱਖ ਵੱਖ ਸਥਾਨਾਂ ਦਾ ਦੌਰਾ ਕੀਤਾ ਅਤੇ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਬੀਤੇ 10 ਵਰ੍ਹਿਆਂ ਦੇ ਸਮੇਂ ਦੌਰਾਨ ਗਰੀਬਾਂ ਦੇ ਮਨ ਵਿੱਚ ਇਹ ਯਕੀਨ ਮਜ਼ਬੂਤ ਹੋਇਆ ਹੈ ਕਿ ਸਰਕਾਰ ਸਾਡੀ ਭਲਾਈ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਗਰੀਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਰੰਟੀ ਉੱਪਰ ਭਰੋਸਾ ਰੱਖਦੇ ਨੇ ਤੇ ਲੋਕਾਂ ਦੇ ਜੀਵਨ ਵਿੱਚ ਇੱਕ ਹਾਂ ਪੱਖੀ ਬਦਲਾਅ ਆਇਆ ਹੈ। ਤਬ ਦੇਸ਼ ਕੇ ਗਰੀਬ ਕੋ ਵਿਸ਼ਵਾਸ ਹੋਣੇ ਲਗਾ ਹੈ ਕਿ ਦੇਸ਼ ਮੇਂ ਪਹਿਲੀ ਬਾਰ ਕੋਈ ਇੱਕ ਸਰਕਾਰ ਬਣੀ ਹੈ ਜੋ ਗਰੀਬ ਕੇ ਹਿੱਤ ਮੇਂ, ਗਰੀਬ ਕੇ ਜੀਵਨ ਮੇਂ ਪਰਿਵਰਤਨ ਲਾਨੇ ਕੇ ਲਿਏ ਕਾਮ ਕਰ ਰਹੀ ਹੈ। ਔਰ ਤਬ ਆਜ ਦੇਸ਼ ਕਾ ਹਰ ਇੱਕ ਗਰੀਬ ਯੇ ਮਾਨਤਾ ਹੈ ਕਿ ਮੋਦੀ ਹੈ ਤੋ ਮੁਮਕਿਨ ਹੈ, ਔਰ ਮੋਦੀ ਨੇ ਅਗਰ ਚਲਦੇ ਜੋ ਗਾਰੰਟੀ ਦੀ ਹੈ ਤੋ ਉਹ ਗਾਰੰਟੀ ਨਿਸ਼ਚਿਤ ਰੂਪ ਸੇ ਹਮਾਰੇ ਜੀਵਨ ਮੇਂ ਪਰਿਵਰਤਨ ਲਾਨੇ ਕੀ ਗਾਰੰਟੀ ਕੇ ਰੂਪ ਮੇਂ, ਔਰ ਜੋ ਬਾਤ ਕਹੀ ਹੈ ਉਸ ਗਾਰੰਟੀ ਕੋ ਪੂਰਾ ਕਰਨੇ ਕੀ ਗਾਰੰਟੀ ਕੇ ਰੂਪ ਮੇਂ। ਸੁਨੀਲ ਜਾਖੜ ਨੇ ਕਿਹਾ ਕਿ ਇਸ ਯਾਤਰਾ ਦਾ ਮੰਤਵ ਯੋਜਨਾਵਾਂ ਦਾ ਫਾਇਦਾ ਅੰਤਮ ਵਿਅਕਤੀ ਤੱਕ ਪਹੁੰਚਾਉਣਾ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਰਾਹੀਂ ਜਿਹੜੇ ਲੋਕ ਯੋਜਨਾਵਾਂ ਦਾ ਫਾਇਦਾ ਨਹੀਂ ਉਠਾ ਸਕੇ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਜੋ ਉਸ ਕਤਾਰ ਮੇਂ ਆਖਰੀ ਆਦਮੀ ਖੜਾ ਹੈ, ਆਖਰੀ ਵਿਅਕਤੀ, ਜੋ ਗਰੀਬ ਆਦਮੀ, ਜੋ ਵੰਚਿਤ, ਜਿਸੇ ਲਾਈਨ ਮੇਂ ਆਗੇ ਖੜੇ ਹੋਣੇ ਕਾ ਹੱਕ ਵੀ ਨਹੀਂ ਦਿਆ ਗਿਆ, ਉਸ ਆਦਮੀ ਤੱਕ ਇਸ ਸਕੀਮ ਦਾ ਲਾਭ ਪਹੁੰਚੇ। ਉਨਕਾ ਯੇ ਮਾਨਨਾ ਹੈ ਜੋ ਯੇ ਇੱਕ ਮਾਤਰ ਨਾਰਾ ਨਹੀਂ, ਇੱਕ ਸੋਚ ਹੈ, ਸਬਕਾ ਸਾਥ ਸਬਕਾ ਵਿਕਾਸ। ਮਗਰੋਂ ਕੇਂਦਰੀ ਮੰਤਰੀ ਨੇ ਰੂਪਨਗਰ ਬਲਾਕ ਦੇ ਪਿੰਡ ਘਨੌਲਾ ਵਿਖੇ ਕਰਵਾਏ ਗਏ ਅਜਿਹੇ ਇੱਕ ਸਮਾਗਮ ਵਿੱਚ ਹਿੱਸਾ ਲਿਆ।